फिलौर पुलिस ने डीएसपी दफ्तर में प्रेस कॉन्फ्रेंस करके अलग अलग दो केसों में तीन व्यक्तियों को गिरफ्तार किया। इस संबंध में जानकारी देते हुए डीएसपी फिलौर सरदार अमरीक सिंह चाहल ने बताया, पहले केस में अपरा कांड में नामजद दोषी रवि कुमार को गिरफ्तार किया गया है। 25 सितंबर को गांव अपरा में दिन दिहाड़े रामस्वरूप नामक युवक का कत्ल कर दिया गया था, जिसमें 10 लोगों पर मुकदमा हुआ था, जिसमें 6 लोग पहले गिरफ्तार हो चुके हैं और आज 7वां दोषी रवि कुमार पुलिस ने पकड़ लिया, जबकि गैंग का नेता ब्रिंगा गुरप्रीत गोपी व नीरज कुमार अभी फरार चल रहे हैं, जिन्हें जल्दी ही गिरफ्तार कर लिया जाएगा। दूसरे केस में पुलिस ने नशे का कारोबार करने वाले 2 लोगों को भी गिरफ्तार किया है और उनके एनडीपीसी एक्ट का मुकदमा दर्ज कर लिया गया है। फिलौर से नरेश शर्मा। चेता सगा 25/9/2018 में ऐसे साल की गल कि बड़ा चर्चित एक मर्डर होया सगा दिन दिहाड़े राम स्वरूप का अपरे विच एक थाने फिलौर पिंड पैंदा कस्बा पैंदा ਉਹਦੇ ਵਿੱਚ 10 ਵਿਅਕਤੀ ਸ਼ਾਮਿਲ ਹੋਏ ਸੀ ਇਸ ਕਤਲ ਦੇ ਵਿੱਚ, ਜਿਹਦੇ ਵਿੱਚ 6 ਵਿਅਕਤੀ ਪਹਿਲਾਂ ਫੜ ਚੁੱਕੇ ਆ। ਹੁਣ ਜਿਹੜਾ 7ਵਾਂ ਵਿਅਕਤੀ ਅਸੀਂ ਅਰੈਸਟ ਕੀਤਾ ਰਵੀ ਕੁਮਾਰ ਕੀਤਾ, ਜੋ ਕਿ ਬਲਾਚੌਰ ਏਰੀਆ ਦਾ ਰਹਿਣ ਵਾਲਾ। ਇਹਦੇ ਵਿੱਚ ਇਸ ਗੱਲ ਸਾਡੇ ਜਿਹੜੀ ਆ 6 ਵਿਅਕਤੀ ਅਰੈਸਟ ਹੋਣ ਤੋਂ ਬਾਅਦ ਸਾਡੇ SSP ਸਾਹਿਬ ਸ਼੍ਰੀ ਨਵਜੋਤ ਸਿੰਘ ਬਾਹਲ ਜੀ ਨੇ, SPD ਸਾਹਿਬ ਸ਼੍ਰੀ ਪ੍ਰਕਾਸ਼ ਸਿੰਘ ਉਹਨਾਂ ਨੇ ਇੱਕ ਜਿਹੜੀਆਂ ਸਪੈਸ਼ਲ ਟੀਮਾਂ ਬਣਾਈਆਂ ਸੀਗੀਆਂ, ਜਿਹੜੀ ਕਿ ਇੱਕ ਟੀਮ ਨੇ ਉਹਦੇ 'ਚੋਂ ਕਾਮਯਾਬੀ ਜਿਹੜੀ ਕੀਤੀ SHO ਵਾਲੇ ਨੇ, ਉਹਨਾਂ ਨੇ ਨਾਕਾ ਲਾਇਆ ਸੀਗਾ ਇੱਥੇ ਆਪਣੇ ਔਰ ਦੇ ਲਾਗੇ। ਉਹਦੇ ਵਿੱਚ ਇਹਨਾਂ ਨੇ ਜਿਹੜਾ ਹੈ ਇਸ ਬੰਦੇ ਨੂੰ ਅਰੈਸਟ ਕੀਤਾ ਕਾਰ ਸਮੇਤ। ਇਹ ਉਹ ਕਾਰ ਆ ਲੈਸਰ ਜਿਹੜੀ ਉਹਦੇ ਵਿੱਚ ਯੂਜ਼ ਕੀਤੀ ਗਈ ਸੀਗੀ ਮਰਡਰ ਦੇ ਵਿੱਚ, ਜਿਹਦੇ ਵਿੱਚ ਵੜੌਂਗਾ ਅਤੇ ਉਹਦੇ ਸਾਥੀ ਕਤਲ ਕਰਕੇ ਗਏ ਸੀ। ਇਸ ਤੋਂ ਇਲਾਵਾ ਸਰ ਕੁਛ ਅੱਜ ਨਸ਼ੀਲੀਆਂ ਚੀਜ਼ ਦਵਾਈਆਂ ਔਰ ਟੀਕੇ ਵੀ ਫੜੇ ਗਏ ਆ? ਹਾਂਜੀ ਹਾਂਜੀ, ਫੜੇ ਅਸੀਂ 600 ਦੇ ਕਰੀਬ ਗੋਲੀ ਫੜੀ ਹੈ। ਅੱਛਾ ਜੀ, ਜਿਹੜਾ ਕਿ ਅਸੀਂ ਦੋਨੋਂ ਵਿਅਕਤੀਆਂ ਨੂੰ ਕੋਰਟ 'ਚ ਪੇਸ਼ ਕਰਤਾ ਹੈ, ਉਹਨਾਂ ਨੇ ਰਿਮਾਂਡ ਲਿਆ ਵੀ ਕਿੱਥੋਂ ਲੈ ਕੇ ਆਉਂਦੇ ਅਤੇ ਕਿੱਥੇ ਗਾਂ ਵਿਚੜੀ ਸੀ। ਅਤੇ ਕੀ ਬਾਨੀ ਸਰ ਜਿਹੜੇ ਹੋਰ ਨਸ਼ੀਲੇ ਇੱਥੇ ਦਵਾਈਆਂ ਜਾਂ ਟੀਕੇ ਵੇਚ ਰਹੇ ਆ ਏਰੀਏ 'ਚ? ਪੁਲਿਸ ਵੱਲੋਂ ਤਾਂ ਇਹੀ ਵਾਰਨਿੰਗ ਆ ਵੀ ਜਿਹੜਾ ਬੰਦਾ ਪੁਲਿਸ ਤੇ ਅੜ ਕੇ ਆਊਗਾ ਇਸ ਗਲਤ ਕੰਮ ਦੇ ਵਿੱਚ, ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ। ਤੇ ਜਿਹੜੇ 2 ਬੰਦੇ ਫੜੇ ਗਏ ਨੇ ਉਹ ਕਿੰਨੇ ਕਿੰਨੀ ਬਰਾਮਦੀ ਹੋਈ ਹੈ ਸਰ? ਇਹਨਾਂ ਕੋਲ 300 ਗ੍ਰਾਮ ਦੇ 300 ਗ੍ਰਾਮ ਗੋਲੀਆਂ, 300 ਗ੍ਰਾਮ ਗੋਲੀਆਂ। ਹਾਂਜੀ ਠੀਕ ਹੈ ਜੀ। ਇਸ ਤੋਂ ਇੰਜੈਕਸ਼ਨ ਵੀ ਹੈ ਕੁਛ? ਹਾਂਜੀ 20 ਟੀਕੇ ਨੇ। 20 ਟੀਕੇ ਠੀਕ ਹੈ।